ਮੈਨੂੰ ਲੱਗਦਾ ਸਾਨੂੰ ਇੱਕ ਤਾਂ ਇੰਪੋਰਟੈਂਸ ਇਸ ਕਰਕੇ ਜ਼ਿਆਦਾ ਮਿਲ ਗਈ ਕਿ ਇੰਤਜ਼ਾਰ ਬਹੁਤ ਲੰਬਾ ਹੋ ਗਿਆ ਜੀ। ਹਰ ਆਦਮੀ ਇਹ ਸੋਚਦਾ ਸੀ ਕੋਈ ਤਾਂ ਦੱਸੇ ਕੀ ਹੋ ਗਿਆ ਕਿ ਨਹੀਂ ਹੋ ਗਿਆ। ਇਹ ਵੀ ਇੱਕ ਬੜੀ ਬੜਾ ਮੁੱਦਾ ਸੀਗਾ ਇਸ ਮਾਮਲੇ ਦੇ ਵਿੱਚ। ਪਰ ਦੂਸਰਾ ਪਹਿਲੂ ਇਹ ਵੀ ਹੈ ਕਿ ਸੈਂਪਲ ਸਾਈਜ਼ ਕਿੰਨਾ ਕੁ ਹੋਣਾ ਚਾਹੀਦਾ ਮਿਨੀਮਮ ਲੈਵਲ ਦਾ, ਜਿਹਦੇ ਨਾਲ ਇਹ ਲੱਗੇ ਕਿ ਹਾਂ ਇਹ ਰਿਪ੍ਰੈਜੈਂਟੇਟਿਵ ਟਾਈਪ ਆਫ ਇੱਕ ਸਰਵੇ ਹੈ, ਸੈਂਪਲ ਹੈ। ਔਰ ਸੈਂਪਲ ਸਾਈਜ਼ ਇੰਨਾ ਛੋਟਾ ਹੋਏਗਾ ਤੇ ਉਹਨੂੰ ਮਲਟੀਪਲਾਈ ਕਰਕੇ, ਜਿਵੇਂ ਸਾਡੇ ਫਾਰਮਰ ਸੁਸਾਈਡ ਦੇ ਮਾਮਲੇ ਤੇ ਇੰਦਰਜੀਤ ਸਿੰਘ ਜੇਜੀ ਸਾਹਿਬ ਨੇ ਦੋ ਬਲਾਕਾਂ ਚ ਕੀਤਾ ਸੀ, ਤੇ ਉਹ ਮਲਟੀਪਲਾਈ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਮਤਲਬ ਚਲਾ ਜਾਂਦਾ ਏਰੀਆ ਵਾਈਜ਼, ਉਹ ਵੀ ਫਿਰ ਗੱਲ ਕਈ ਵਾਰ ਉਵੇਂ ਨਹੀਂ ਬਣਦੀ। ਇਸ ਕਰਕੇ ਇਹ ਮੁੱਦਾ ਉੱਠਿਆ ਵਾਰ ਵਾਰ ਕਿ ਜੇ ਉਹ ਵੀ ਪਤਾ ਲਾਉਣਾ ਡੋਰ ਟੂ ਡੋਰ ਸਰਵੇ ਕਰਾਓ ਜਾਂ ਕਿਤੋਂ ਨਾ ਕਿਤੋਂ ਪੁੱਛੋ ਕਿ ਇਹ ਗੱਲ ਕਿੰਨੀ ਕੁ ਵਾਜਬ ਹੈ। ਪਰ ਇਹ ਕੋਈ ਗਲਤ ਨਹੀਂ ਹੈ, ਫਿਰ ਵੀ ਅੰਦਾਜ਼ੇ ਲਾਉਣਾ ਮਨੁੱਖੀ ਸੁਭਾਅ ਦਾ ਹਿੱਸਾ ਵੀ ਹੈ, ਤੇ ਜੇ ਉਹਨੂੰ ਹੋਰ ਸਾਇੰਟੀਫਿਕ ਐਂਗਲ ਨਾਲ ਤਰੀਕੇ ਨਾਲ ਕੀਤਾ ਜਾਏ, ਸੈਂਪਲ ਸਾਈਜ਼ ਵਧਾਇਆ ਜਾਏ ਤਾਂ ਉਹ ਅਲੱਗ ਹੈ। ਕਿਉਂਕਿ ਇਸ ਵਾਰ ਸਭ ਤੋਂ ਜ਼ਿਆਦਾ ਕਨਫਿਊਜ਼ਨ ਮੈਨੂੰ ਲੱਗਦਾ ਕਿ ਸਭ ਤੋਂ ਬੜਾ ਸਰਵੇ ਉਹ ਰਾਜਨੀਤਿਕ ਲੀਡਰ ਜਿਹੜੇ ਚੋਣ ਲੜਦੇ ਨੇ, ਖਾਸ ਤੌਰ ਤੇ ਐਕਸਪੀਰੀਅੰਸਡ ਨੇ, ਉਹ ਮੰਨਣ ਜਾਂ ਨਾ ਮੰਨਣ ਉਹਨਾਂ ਨੂੰ ਅੱਜ ਵੀ ਕਾਫੀ ਹੱਦ ਤੱਕ ਪਤਾ। ਤੇ ਕਿਉਂਕਿ ਮੰਨਣਾ ਪਹਿਲਾਂ ਹੀ ਡਿਫੀਟ ਮੰਨਣ ਦਾ ਕਿਸੇ ਦਾ ਕੋਈ, ਕਹਿੰਦੇ ਨੇ ਜੰਗ ਦੇ ਵਿੱਚ ਪਹਿਲੇ ਹੀ ਹਥਿਆਰ ਸੁੱਟਣਾ ਕਿਸੇ ਦੇ ਮਤਲਬ ਵਸ ਚ ਨਹੀਂ ਹੁੰਦਾ, ਨਾ ਹੀ ਉਹ ਗੱਲ ਚੰਗੀ। ਜੇ ਵੋਟਾਂ ਪੈ ਗਈਆਂ ਫਿਰ ਹਾਰ ਮੰਨਣ ਚ ਕੀ ਹਰਜ਼ ਹੈ, ਜੇ ਤੁਹਾਨੂੰ ਪਤਾ ਵੀ ਤੁਸੀਂ ਹਾਰ ਰਹੇ ਹੋ। ਮੈਨੂੰ ਲੱਗਦਾ ਕਿ ਕਾਫੀ ਲੀਡਰ ਨੇ ਉਹ ਬਾਅਦ ਦੇ ਵਿੱਚ ਸਾਰੇ ਪ੍ਰਾਈਵੇਟਲੀ, ਕਈ ਲੋਕ ਕਹਿੰਦੇ ਵੀ ਨੇ ਇਸ ਮਗਰ ਓਪਨ ਨਹੀਂ ਕਹਿਣਗੇ ਕਿ ਅਸੀਂ ਹਾਰ ਗਏ ਚਾਹੇ ਅਸੀਂ ਜਿੱਤ ਗਏ, ਤੇ ਜਿਹੜੇ ਉਹ ਕਹਿੰਦੇ ਨੇ ਉਹਦੇ ਨਾਲ ਮੈਚ ਨਹੀਂ ਕਰਦੇ ਜਿਹੜੇ ਇਹ ਸਰਵੇਖਣ ਨੇ ਕਿਸੇ ਨਾ ਕਿਸੇ ਰੂਪ। ਆਈ ਥਿੰਕ ਦੂਸਰੀ ਗੱਲ ਹੈ ਜੋ ਲੋਕ ਨੇ ਦੇ ਸ਼ੁਡ ਟੇਕ ਦ ਐਗਜ਼ਿਟ ਪੋਲ ਸੀਰੀਅਸਲੀ। ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਕਿ ਇਸ ਵਾਰ ਡੀਲਿਮਿਟੇਸ਼ਨ ਦਾ ਫੈਕਟਰ ਬਹੁਤ ਵੱਡਾ ਸੀ ਜਿਹਨੇ ਕਾਫੀ ਕਨਫਿਊਜ਼ਨ ਕ੍ਰੀਏਟ ਕੀਤਾ, ਕਿਉਂਕਿ ਪੋਲੀਟੀਸ਼ੀਅਨ ਨੂੰ ਵੀ, ਐਕਸਪਰਟਸ ਨੂੰ ਵੀ, ਕਿ ਕਿਹੜੀਆਂ ਵੋਟਾਂ ਕਿੱਧਰ ਕਿੰਨੀਆਂ ਚਲੀਆਂ ਗਈਆਂ ਉਹਦਾ ਅੰਦਾਜ਼ਾ ਲਾਉਣ ਤੋਂ ਪਹਿਲਾਂ ਜਿਹੜੀਆਂ ਟ੍ਰੈਡੀਸ਼ਨਲ ਟਾਈਪ ਦੀਆਂ ਕੰਸਟੀਚੁਐਂਸੀ ਸੀਗੀਆਂ ਉਹ ਪਿੰਡ ਵਾਈਜ਼ ਸ਼ਹਿਰ ਵਾਈਜ਼ ਵੀ ਥੋੜਾ ਬਹੁਤ ਅੰਦਾਜ਼ਾ। ਮਨੀਰ ਜਿਹੜੀ ਇਹ ਗੱਲ ਹੈ ਨਾ ਕਿ ਜਿਸ ਕਿਸਮ ਦੀ ਮੈਥੋਡੋਲੋਜੀ ਵਰਤੀ ਜਾਂਦੀ ਹੈ ਸਰਵੇਜ਼ ਦੇ ਵਿੱਚ, ਉਹਦੇ ਨਾਲ ਡੀਲਿਮਿਟੇਸ਼ਨ ਮੈਨੂੰ ਲੱਗਦਾ ਨਹੀਂ ਵੱਡਾ ਫੈਕਟਰ ਬਣੂਗਾ। ਆਸ਼ੂਤੋਸ਼, ਕਿਆ ਡੀਲਿਮਿਟੇਸ਼ਨ ਬਹੁਤ ਵੱਡਾ ਫੈਕਟਰ ਬਣ ਸਕਦਾ ਹੈ, ਇਹ ਪ੍ਰੈਡਿਕਸ਼ਨ ਗਲਤ ਜਾਂ ਠੀਕ ਹੋਣੇ ਨੇ? ਨਹੀਂ, ਇਸ ਵਾਰ ਕੁਝ ਐਸਾ ਤਾਂ ਨਹੀਂ ਲੱਗ ਰਿਹਾ ਮੁਝੇ, ਕਿਉਂਕਿ ਆਪਕੋ ਤੋ ਮਤਲਬ 45 ਕੰਸਟੀਚੁਐਂਸੀਜ਼ ਆਪਕੋ ਸਿਲੈਕਟ ਕਰਨੀ ਔਰ ਉਸੀ ਕੇ ਬੇਸਿਸ ਪੇ ਪ੍ਰੈਡਿਕਟ ਕਰਨਾ ਹੈ। ਹਾਂ, ਪ੍ਰੋਫੈਸਰ ਮਨਜੀਤ, ਹਾਂਜੀ ਤੁਸੀਂ ਕੁਝ? ਨਹੀਂ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ਼ੂਜ਼ ਪੋਲਿਟਿਕਸ ਇਹ ਚੀਜ਼ਾਂ ਨੂੰ ਆਇਡੈਂਟੀਫਾਈ ਕਰਕੇ ਨਾ ਮੈਥਡੋਲੋਜੀ ਤੁਸੀਂ ਸਿੰਪਲ ਦੇ ਵਿੱਚ, ਹਾਲਾਂਕਿ ਉਹਦੇ ਸਾਰੇ ਉਹਦੇ ਰਿਲੇਟਡ ਸਵਾਲ ਪੁੱਛਦੇ ਆ ਲੰਮੇ ਚੌੜੇ, ਜੇ ਉਹਦੇ ਤੇ ਕੁਛ ਅੰਦਾਜ਼ਾ, ਸੋਸ਼ਲ ਕੈਟੇਗਰੀਜ਼, ਜੀਓਗ੍ਰਾਫੀਕਲ ਕੈਟੇਗਰੀਜ਼, ਕਮਿਊਨਿਟੀ ਕੈਟੇਗਰੀਜ਼, ਕਾਸਟ ਕੈਟੇਗਰੀਜ਼, ਇਸ਼ੂਜ਼ ਪੋਲੀਟੀਕਲ ਡਿਵੈਲਪਮੈਂਟਲ, ਇਹ ਸਾਰਿਆਂ ਨੂੰ ਲੈ ਕੇ ਜੇ ਉਸ ਦਾ ਸਿੰਪਲ ਲੈ ਕੇ ਕੁਛ ਅੰਦਾਜ਼ਾ ਲਾਇਆ ਜਾਵੇ ਤੇ ਉਹਦੇ ਚ ਅਸੀਂ ਕਿਸੇ ਨਾ ਕਿਸੇ ਅੰਦਾਜ਼ੇ ਦੇ ਕੰਕਲੂਜਨ ਤੇ ਪਹੁੰਚ ਸਕਦੇ ਹਾਂ। ਜਿੰਨੇ ਵੀ ਸਰਵੇ ਹੁੰਦੇ ਨੇ ਜਿਹੜੇ ਤਾਂ ਇਹ ਗੱਲ ਹੈਗੀ ਕਿ ਪੋਲੀਟੀਕਲੀ ਕਰੈਕਟ ਹੋਣ ਦੀ, ਕਿ ਅਸੀਂ ਸਾਰੇ ਵੇਰੀਏਬਲ ਦੇਖੇ ਨੇ, ਪਿੰਡ ਵੀ ਦੇਖਿਆ, ਸ਼ਹਿਰ ਵੀ ਦੇਖਿਆ, ਜੈਂਡਰ ਵੀ ਦੇਖਿਆ, ਵੱਖਰੇ ਵੱਖਰੇ ਏਜ ਗਰੁੱਪ ਵੀ ਦੇਖੇ ਨੇ, ਇਹ ਤਾਂ ਸੋਸ਼ਲ ਸਾਇੰਸ ਦੇ ਵਿੱਚ ਰੱਟਾ ਲੱਗ ਗਿਆ ਸਾਰੇ ਗੱਲ ਦੇ ਉੱਤੇ, ਇਹਦਾ ਅਸੀਂ ਕਿਸੇ ਤੋਂ ਨਹੀਂ ਮੰਨ ਸਕਦੇ ਕਿ ਉਹ ਗੱਲ ਨਹੀਂ ਕਹੇਗਾ। ਮਸਲਾ ਇਹ ਹੈ ਕਿ ਜਿਹੜੀ ਵਾਰ ਵਾਰ ਗਲਤੀ ਹੋ ਰਹੀ ਹੈ ਉਹਨੂੰ ਇੱਕ ਸਾਇੰਟੀਫਿਕ ਢੰਗ ਨਾਲ ਅੰਡਰਸਟੈਂਡ ਕਰਨ ਲਈ ਇੱਕ ਸੀਰੀਅਸ ਐਫਰਟ ਨਹੀਂ ਹੋ ਰਿਹਾ, ਜਿਹੜੀ ਇੱਕ ਗੱਲ ਲੱਗਦੀ ਹੈ। ਦੇਖੋ, ਇਹ ਤਾਂ ਆਪਾਂ ਮੰਨ ਕੇ ਚੱਲਦੀ, ਜਿਸ ਤਰ੍ਹਾਂ ਹੁਣ ਡੇਰੇ ਦੀ ਗੱਲ ਹੁੰਦੀ ਆ, ਤੇ ਇਹ ਕਹਿੰਦੇ ਜੀ ਡੇਰਾ ਇੱਕ ਪਾਸੇ ਜਾਂਦਾ ਜਿੱਧਰ ਜਾਂਦਾ, ਉਹ ਤੇ ਜੀ ਜਿੱਧਰ ਨੂੰ ਹੁਕਮ ਹੋ ਗਿਆ ਉੱਧਰ ਜਾਣਾ, ਇਹ ਸੋਸ਼ੀਓਲੋਜੀਕਲ ਕੈਟੇਗਰੀ ਹੈ ਕਿ ਨਹੀਂ ਹੈ, ਦਲੇ ਤੇ ਕੈਟੇਗਰੀ ਹੈ ਕਿ ਨਹੀਂ ਹੈ, ਕਿ ਇਹ ਕੁਆਂਟੀਫਿਕੇਸ਼ਨ ਕਿਵੇਂ ਹੋਏਗੀ ਇਸ ਕਿਸਮ ਦੇ ਸਰਵੇ ਫੀਲਡ ਚ ਕਰਨ ਕੀ ਜਾਣਾ, ਇਹੋ ਕੁਆਂਟੀਫਿਕੇਸ਼ਨ ਦਾ ਪਤਾ ਲਾਉਣ ਜਾਣਾ ਸੈਂਪਲ ਤੋਂ ਤੁਸੀਂ, ਕਿ ਇਹ ਕਿਹੜੀ ਕੈਟੇਗਰੀ ਵਿੱਚੋਂ ਕਿੰਨੇ ਪਰਸੈਂਟ ਕਿੱਧਰ ਨੂੰ ਭੁਗਤੇ ਆ ਉਹ ਅੰਦਾਜ਼ਾ ਲਾਉਣ ਦੀ ਲੋੜ ਹੁੰਦੀ। ਦੂਜਾ ਮੈਨੂੰ ਇੱਕ ਇਹ ਬੜੀ ਹਾਸੋਹੀਣੀ ਗੱਲ ਲੱਗਦੀ ਆ ਕਿ ਸੀਕ੍ਰੇਟ ਬੈਲਟ ਆ, ਤੁਸੀਂ ਕਿਸੇ ਨੂੰ ਪੁੱਛਦੇ ਕਿਉਂ ਵੀ ਤੂੰ ਵੋਟ ਕਿੱਥੇ ਪਾਈ ਆ, ਦੁਬਾਰਾ ਫਿਰ ਉਹ ਤੋਂ ਸੀਕ੍ਰੇਟ ਬੈਲਟ ਮੰਗ ਹੀ ਵੋਟ ਲਈ ਜਾਂਦੀ ਹੈ, ਸਿਰਫ ਉਹਦੀ ਕਾਊਂਟਿੰਗ ਕੀਤੀ ਜਾਂਦੀ ਹੈ, ਤੁਹਾਨੂੰ ਇਹ ਨੀ ਪਤਾ ਹੁੰਦਾ ਕਿ ਕਿਹੜੇ ਬੰਦੇ ਨੇ ਕਿਹੜੇ ਪਾਸੇ ਦਿੱਤੀ ਹੁੰਦਾ ਤਾਂ ਹੈ, ਪਰ ਇਹ ਵੀ ਤੁਹਾਡੇ ਕੋਲ ਆਉਂਦਾ। ਫਿਰ ਵੀ ਤੁਸੀਂ ਜੇ 10 ਬੰਦੇ ਖੜੇ ਆ, ਜਿਸ ਤਰ੍ਹਾਂ ਇਹ ਗੱਲ ਕਹਿ ਰਹੇ ਸੀਗੇ, 10 ਬੰਦੇ ਖੜੇ ਆ, ਤੁਸੀਂ ਪੁੱਛ ਰਹੇ ਵੀ ਹਾਂ ਤੂੰ ਕਿਹਨੂੰ ਵੋਟ ਪਾਈ ਆ, ਉਹ ਵੇਖਦਾ ਇਹਦੇ ਵੱਲ ਵੀ ਕਿਹੜਾ ਕਿਹੜਾ ਖੜਾ, ਉਸ ਤਰ੍ਹਾਂ ਹੀ ਕਹਿ ਦਿੰਦਾ। ਪਰ ਸਰਵੇ ਚ ਐਵੇਂ ਨਹੀਂ ਪੁੱਛਿਆ ਜਾਂਦਾ ਜੀ, ਫਰਕ ਕਰਨਾ ਚਾਹੀਏ। ਐਗਜ਼ਿਟ ਪੋਲ ਮੇ ਸਿਰਫ ਇੱਕ ਹੀ ਏਜੰਡਾ ਰਹਤਾ, ਡੋਮੀਨੈਂਟ ਏਜੰਡਾ ਇਹ ਰਹਤਾ ਕਿ ਜਿਸ ਪਾਰਟੀ ਕੋ ਕਿਤਨੇ ਵੋਟ ਮਿਲੇ, ਕਿਉਂਕਿ ਵੋਟਰ ਬਾਅਦ ਇਲੈਕਸ਼ਨ ਵੋਟ ਦੇ ਕਰ ਆ ਰਹਾ ਹੈ ਬਾਹਰ, ਆਪ ਉਸਸੇ ਪੁੱਛ ਰਹੇ ਹੋ 5-6 ਸਵਾਲ। ਪਿਛਲੇ ਵਾਰ ਹਮਨੇ ਐਗਜ਼ਿਟ ਪੋਲ ਕੀਆ ਥਾ, ਅਬ ਹਮਨੇ ਐਗਜ਼ਿਟ ਪੋਲ ਡਿਸਕੰਟੀਨਿਊ ਕਰ ਦਿਆ, ਸੀ ਐਸ ਡੀ ਐਸ ਕੀ ਨੀਤੀ ਬਣੀ ਹੈ, ਲੋਕ ਨੀਤੀ ਕੀ ਨੀਤੀ ਹੈ ਕਿ ਅਬ ਹਮ ਐਗਜ਼ਿਟ ਪੋਲ ਨਹੀਂ ਕਰੇਂਗੇ।
क्योंकि वो बहुत ही कमर्शलाइज हो जाता और उसमें मेन मुद्दा यही रहता है कौन बनेगा मुख्यमंत्री। तो वो इस बार नहीं करा हमने। हमारा, मैं बार बार इस बात को कह रहा हूं कि हमारा जो मेन उद्देश्य था, जैसे मैं अकेडमिक हूं, मैं इस पे लिखता रहा हूं, आप पीपीडब्ल्यू देखें, इस बार सेमिनार में भी मैंने लिखा है लेटेस्ट इश्यू में, तो हमारा मेन मुद्दा रहता है कि लोगों की सोच किस तरफ जा रही है, लोग इस सरकार के जो परफॉर्मेंस का मुद्दा। आपका मानना है कि एग्जिट पोल कराने में कोई प्रॉब्लम नहीं है? कोई एग्जिट पोल होना ही नहीं चाहिए, मुझे लगता है एग्जिट पोल की कोई मतलब, इन दोनों में अलहदा करना चाहिए इन दोनों को। शरण जी, तुम क्योंकि समय बड़ा थोड़ा रह गया, अभी ब्रेक जाना, ये दसो कि एग्जिट पोल और ओपिनियन पोल अलाउ करने चाहिए या कि ना ते पाबंदी ला देनी चाहिए? बिल्कुल होने चाहिए, होने चाहिए, एडी कड़ी गल है, डेमोक्रेसी है जी। एक आदमी अपना ओपिनियन देना चाहता है, ओपिनियन छपना चाहिए। एक साढ़े एक मन च ख्याल है जी कि जे कोई प्रभाव कोई हो तो दूजे में मिलेगा जी, तो दूजी स्टेट का असर होगा। मैं कहना कोई जरूरी होने चाहिए ने। एक वक्री गल है कि इलेक्शन कमीशन ने कहा कि जब तक सारिया स्टेटा दलैक्शन नहीं हो जा चीजा अगर ना दसो, क्योंकि पीरियड बड़ा लंबा सगा, अदरवाइज इस काम च कोई गलती नहीं होनी चाहिए है जी। प्रोफेसर मनजीत, तड़े तड़ा की ओपिनियन है कि ओपिनियन पोल एग्जिट पोल होने चाहिए या कि इन पर पाबंदी लगनी चाहिए? मेरा ख्याल है कि एग्जिट पोल मैं तो कोई वह है नहीं सवाए का कमर्शियल एंड दे उत्तों, तो इस करके मैनू तो नहीं बहुता लगता कि परपज भी सर्व कर दिया। हुण जिस तरह हुण अज असीं अंदाजे लाउण बैठे हां, सवेरे सारियां खबरां ऐन सामने साफ हो जाणियां। मनजीत, एक गल जिहड़ी मैनू लगदी है, जिहड़ी आशुतोष उन्होंने कही सी, वह है कि तुसीं एग्जिट पोल बंद करता किसी खास नीति के तहत, पर मसला यह है कि एग्जिट पोल इको ही एक वेरीएबल है जदों असी चोन नतीजे की गल करते हैं, जिहड़ा पूरे दुनिया के विच, जिहड़ा पूरे समाज च विचारिया जांदा, बाकी तो एकेडमिक एक्सरसाइज होकर रह जांदा। एक्सरसाइज क्यों आप उसको आप नीचे दिखा रहे हैं? देखिए, मैं आपको नीचे नहीं दिखा रहा हूं, मैं कह रहा हूं करते हैं ना इस बात के ऊपर सीरियस नुक्ता चीज बात अभी साथ है। हम लोग बहुत सारी थियराइज करते हैं ना, एरी फेरी थियराइजेशन होती है, हम बैठते हैं हम कह देते हैं गरीब लोग बहुत वोट दे रहे हैं, स्लम्स के लोग ज्यादा वोट देते हैं, अनपढ़ लोग ज्यादा वोट दे रहे हैं, ये सब हम अपनी जो हम ऑब्जर्व करते हैं करते हैं। आपका एम्पिरिकल बेसिस क्या है? जब आप ये चुनाव सर्वेक्षण करते हैं तब आपको एक एम्पिरिकल बेसिस मिल रहा हूं कि 27,000 इंटरव्यू हुए 2009 में, 2009 के जो चुनाव हुए पूरे इंडिया में 27,900 इंटरव्यूज किए हमने, तो एक आपका एक मेजर सैंपल है। अमेरिका की आप बात करें, अमेरिका में क्या 27,000 सैंपल रहा है? मिशिगन स्कूल का आप दिखा लें, सारा वेबसाइट पे। अच्छा, जो क्वेश्चन है हर कुछ वेबसाइट पे है सीएसडीएस की, आप उसको देखें, आप उसको क्वेश्चन करें। नहीं, बिल्कुल किया जा सकता। मैं जो कह रहा हूं वो ये बात है कि जिस एम्पिरिकल बेसिस पे आप एक वेरिएबल प्रेडिक्ट नहीं कर पा रहे हैं, उसके ऊपर दूसरा सही होगा वो नहीं होगा। मेरा सवाल ले रहे हैं, मेरा सवाल है, हमें पैसे मिलते हैं, मीडिया हमें उसके लिए पैसे देता, तो बगैर पैसे के आप ये सर्वे नहीं कर सकते। स्टूडेंट जाते हैं तो मीडिया, इसका मतलब पॉलिटिकल इकोनॉमी बहुत इंपॉर्टेंट, पॉलिटिकल इकोनॉमी एक सवाल आ ही जाता है, लेकिन हमारे लिए वो मेन मुद्दा नहीं है। मैं बार बार कह रहा हूं, मेरे को किसी को मैं मुझे इसमें इंटरेस्ट ज्यादा नहीं है कि कौन सी पार्टी सरकार बना रही है कौन नहीं, मेरे लिए ज्यादा इंटरेस्ट है कि लोगों की सोच क्या, लोग क्या सोच रहे हैं, लोग पंजाब के बारे में क्या चाहते हैं, क्या सब्सटेंटिव इश्यूज उनके लिए। हाँ, वो आपका नुक्ता बिल्कुल क्लियर हो गया। जे पॉलिटिकल इकोनॉमी सारे नालों वध इंपोर्टेंट है, तो फिर ये की लेजिटिमेसी की रह जाती है? उहदे ते एक गल मैं जरूर कहनी चाहूंगा भी जिहड़ी अमेरिका की पापूलेशन है ना, हिंदुस्तान की पापूलेशन तो बहुत घट है, तो उन्होंने थोड़ा सर्वे भी बहुत वड्डे ते मार करूगा, साढ़े तो पापूलेशन वोटर ही बहुत ज्यादा। दूसरी गल जो अपने पापूलेशन की हक च ओपिनियन पोल एग्जिट पोल के नहीं इवें तानी मैं, पर एक गल है भी जो ओपीनियन पोल है वो नहीं होना चाहिए मैंने जो शुरू चाहिए, क्योंकि वोटर के बहुत ज्यादा असर पड़ता है। दूसरी गल है एग्जिट पोल के बाकी प्रश्न भी होने चाहिए ना, भी जे तुसी बीजेपी नू या कांग्रेस नू वोट पवा रहे हो तो वो कारण की ने पे की कारण है भी लोग बीजेपी के हक च खड़े है ज कांग्रेस के हक च खड़े अकाली ने, वो माइनस होंगे एग्जिट पोल च। सर वो वोट देते होने चाहिए ने, बट थोड़े सैंपल सर्वे बड़ा हो जाए, बट जब आप बैठ के कह दें बड़ा होना चाहिए, बड़ा करना बहुत औखा है, जो लोग फील्ड विच काम कर रहे ने होना उन्होंने बहुत औखा हो जाता है। मैं लगता जी कोई हर्ज नहीं है, पर जो एग्जिट पोल है उसमें बहुत ज्यादा क्वेश्चन हो नहीं सकते, क्योंकि तो इमीजिएट आके जिम्मे वोट देन गया तो तुम एक अद्धा क्वेश्चन ही कर सकते हो। हाँ, पोस्ट पोल क्वेश्चन हो सकते हैं, प्रैक्टिकेबिलिटी जी। तेरे को हमने वापस आ रहे हैं, असं गलबात कर रहे हैं पंजाब और होर राज्यों में नतीजे तो बाद स्थिति बारे, असं एक छोटी जी ब्रेक तो बाद परत के वापस आ रहे हैं।
ब्रेक तो बाद तुहाडा स्वागत है। इस सैगमेंट विच असी गलबात करांगे यूपी उत्तराखंड गोवा अते मणिपुर बारे जिथे चोणा होके हटियां हन। आशुतोष हम उत्तर प्रदेश से शुरू करते हैं। उत्तर प्रदेश में करीब पिछले दो दशकों में एक ही बार ऐसी सरकार बनी है जो बहुमत के साथ सरकार बनी थी, लेकिन इस बार फिर हालत कुछ ऐसे लग रहे हैं कि चार कोण का मुकाबला हो रहा है। आपको क्या दिखाई दे रहा है वहां पर? मुझे तो ऐसा लग रहा है कि जैसा सर्वे में भी आ रहा है सर्वेक्षण में कि किसी भी पार्टी को स्पष्ट बहुमत नहीं मिलने वाला है, पहली बात। दूसरी बात, मुझे एक यूपी के इलेक्शन में एक बड़ी अजीब सी चीज लगी कि एक तरफ तो एक रीजनल पार्टी है जो बीएसपी है, वो बात कर रही है कि अपर कास्ट में जो गरीब तबका है उसको लाया जाए, वो ब्राह्मीन को और राजपूत को ज्यादा टिकट दे रही है। दूसरी तरफ एक नेशनल पार्टी है कांग्रेस, वो रिजर्वेशन के मुस्लिम के माइनॉरिटी को रिजर्वेशन दी जाए, उसके दो सीनियर कैबिनेट मिनिस्टर। तो एक तरह से एक मतलब एक समझो आप उल्टी गंगा बह रही है उत्तर प्रदेश में, ये जो नेशनल पार्टीज हैं वो आइडेंटिटी इशू को लेकर इलेक्शन लड़ना चाह रहे हैं। मैं राहुल गांधी की बात नहीं कर रहा, लेकिन उनके जो दिग्विजय सिंह हैं और सलमान खुर्शीद हैं, तो एक तरह से मैं देखता हूं कि यूपी का चुनाव जो है वो शुरू हुआ बहुत सही ढंग से, पंजाब की तरह डेवलपमेंट का इशू था, लेकिन अंत में जाकर वो बिल्कुल ही वही जो पिछले दो साल से लगातार बिल्डअप था जिसमें राहुल गांधी खासतौर पर जिस किस्म की एक्टिविटी, राहुल गांधी ने जातिवादी राजनीति नहीं की थी, लेकिन वो दलित में से दलित की बात तो कर रहे थे, दलित की बात वो कर रहे थे, तो दलित की बात तो सभी कर रहे हैं, दलित चूंकि वहां गरीब है पिछड़े हुए हैं, लेकिन उनका ये नहीं था कि वो दलितों को टारगेट कर रहे थे, उनका एक पॉलिटिक्स ऑफ सिंबलिज्म था कि दलितों के यहां खाकर जाना, वहां रुकना, वहां खाना खाना, ये सब वो कर रहे थे, लेकिन वो बात तो कांग्रेस हमेशा से प्रो पुअर रही है। लेकिन बाद में जो ये माइनॉरिटी की जो रिजर्वेशन पॉलिटिक्स की गई यूपी में और कांग्रेस के द्वारा की गई और उसको फिर समाजवादी पार्टी ने भी, आपका बिल्कुल क्लियर हो गया तेजेंद्र जी, ये गल है कि भी एक दौर दे विच सिंबलिज्म तो बाद जदों कंक्रीट रूप दे विच मुद्दा बन के आउंदा कि इन्नी रिजर्वेशन इन दित्ती जाएगी या नहीं दित्ती जाएगी, एक लॉजिकल प्रोग्रेशन दिखाई दिंदा जां इह मतलब इहदे विच कोई ब्रेक दिखाई दिंदा? देखो एक आइडेंटिटी पॉलिटिक्स दी ना अपनी प्रॉब्लम है, वो एक हाइप तक तो तुहानूं सपोर्ट दिंदी है, तुहाडा सपोर्ट बेस भी कंसोलीडेट कर दिंदी है, पर उस तों बाद उहदी रोक लग जांदी है। जिवें 2004 च बीएसपी ते एसपी ने अपर कास्ट दे अगेंस्ट बहुत तिखे स्लोगन रेज कीते सीगे, 2007 ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆ ਗਈ। ਤੁਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਆਇਡੈਂਟੀਟੀ ਦੇ ਤੌਰ ਤੇ ਐਮਰਜ ਹੋਈਆਂ ਨੇ ਹਿੰਦੁਸਤਾਨ 'ਚ, ਉਹਨਾਂ ਨੂੰ ਇੱਕ ਸਟੇਜ ਤੋਂ ਬਾਅਦ ਆਪਣਾ ਸਪੋਰਟ ਬੇਸ ਵਧਾਉਣ ਲਈ ਆਪਣੀ ਜਿਹੜੀ ਆਇਡੈਂਟੀਟੀ ਪੋਲਿਟਿਕਸ ਸੀ ਉਹਨੂੰ ਛੱਡਣਾ ਪਿਆਗਾ। ਇਹਦਾ 2007 'ਚ ਬੀਐਸਪੀ ਜਿਹੜੀ ਮਾਇਆਵਤੀ ਆ ਉਹਨੇ ਬ੍ਰਾਹਮਣਾਂ ਨੂੰ ਨਾਲ ਲੈ ਕੇ ਸੋਸ਼ਲ ਇੰਜੀਨੀਅਰਿੰਗ ਦਾ ਜਿਹੜਾ ਕਨਸੈਪਟ ਡਿਵੈਲਪ ਕੀਤਾ ਉਹਦੀ ਮਜਬੂਰੀ ਆ ਕਰਨਾ ਪੈ ਰਿਹਾ, ਇਹ ਕੋਈ ਉਹ ਭਲੇ 'ਚੋਂ ਨਹੀਂ ਕਰ ਰਹੇ। ਸੈਕੂਲਰ ਪੋਲਿਟਿਕਸ ਜਿਹੜੀ ਉਹ ਕਰਨ ਲੱਗੇ ਹੋਏ ਆ ਉਹ ਇਹ ਨਹੀਂ ਵੀ ਉਹਨਾਂ ਦੇ ਦਿਲ 'ਚ ਕੋਈ ਆ ਗਈ ਆ ਗੱਲ ਵੀ ਇਹ ਵੀ ਭਰਾ ਹੁੰਦੇ ਆ, ਉਹਨਾਂ ਦੀ ਇੱਕ ਨੀਡ ਆ ਕਿਉਂਕਿ ਉਹ ਵੋਟ ਨਹੀਂ ਪੈ ਰਹੇ, ਉਹ ਉਨੀ ਜਿੰਨੀ ਉਹਨਾਂ ਨੇ ਆਇਡੈਂਟੀ ਪੋਲਿਟਿਕਸ ਨੂੰ ਹਾਈਪ ਦਿੱਤੀ ਸੀ ਉਹ ਡਿਲੀਵਰ ਤਾਂ ਕਰ ਹੀ ਨਹੀਂ ਸਕੇ ਪੰਜਾਂ ਸਾਲਾਂ 'ਚ। ਸੋ ਜਿੱਥੇ ਜਿਹੜੀ ਕਾਂਗਰਸ ਦੀ ਗੱਲ ਆ, ਕਾਂਗਰਸ ਦੀ ਪ੍ਰੋਬਲਮ ਇਹ ਨਹੀਂ ਕਿ ਵੀ ਉਹ ਉੱਥੇ ਆਇਡੈਂਟੀ ਪੋਲਿਟਿਕਸ ਨੂੰ ਹਾਈਪ ਦੇ ਰਹੀ ਹੈ, ਕਾਂਗਰਸ ਲਈ ਸਪੋਰਟ ਬੇਸ ਸਾਰਾ ਹੀ ਆ। 2009 'ਚ ਜਿਹੜੀਆਂ ਲੋਕ ਸਭਾ ਇਲੈਕਸ਼ਨ ਹੋਈਆਂ ਸੀ ਉਦੋਂ ਕਾਂਗਰਸ ਨੂੰ ਵੋਟਾਂ ਸਾਰੀਆਂ ਕਮਿਊਨਿਟੀ ਵੱਲੋਂ ਪਈਆਂ ਸੀ ਤੇ ਮਿਲੋਰਟੀ ਕਮਿਊਨਿਟੀ ਉਹਨਾਂ ਦਾ ਪਹਿਲੇ ਤੋਂ ਹੀ ਸਪੋਰਟ ਕਰ ਰਹੀ ਸੀ। ਕੀ ਸਿਨੈਰੀਓ ਤੁਹਾਨੂੰ ਨਿਕਲ ਕੇ ਆ ਰਿਹਾ? ਸਿਰਫ ਹੈਡਲਾਈਨਸ ਟੂਡੇ ਵੱਲੋਂ ਜਿਹੜੀ ਪੋਲ ਹੋਇਆ ਵਾ ਉਹਨਾਂ ਨੇ ਸਮਾਜਵਾਦੀ ਪਾਰਟੀ ਨੂੰ ਕਰੀਬ ਆਲਮੋਸਟ ਨੀਅਰ ਮੈਜੋਰਿਟੀ ਦਿੱਤੀ ਹੈ, 195 ਤੋਂ ਲੈ ਕੇ 210 ਸੀਟਾਂ। ਸੋ ਉਹ ਸ਼ਾਇਦ ਕਹਿ ਰਹੇ ਆ ਕਿ ਉਹ ਸਰਕਾਰ ਬਣਾ ਸਕਦੇ ਆ, ਬਾਕੀ ਤਿੰਨੇ ਜਿਹੜੇ ਹੋਰ ਸਰਵੇ ਆ ਉਹ ਇਹ ਕਹਿ ਰਹੇ ਆ ਕਿ ਕਿਸੇ ਪਾਰਟੀ ਦੀ ਮੈਜੋਰਿਟੀ ਨਹੀਂ ਆਊਗੀ ਉੱਥੇ। ਮੇਰਾ ਆਪਣਾ ਖਿਆਲ ਇਹ ਹੈ ਜੀ ਕਿ ਇੱਕ ਤਾਂ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਐਗਰੀ ਕਰਦਾ ਜੀ ਕਿ ਜੇ ਅੱਜ ਕਾਂਗਰਸ ਨੇ ਇੱਕ ਨਵਾਂ ਸਲੋਗਨ ਦਿੱਤਾ ਹੈਗਾ, ਉਹਨਾਂ ਦਾ ਬੇਸਿਕ ਪਰਪਸ ਹੈ ਕਿ ਆਪਣਾ ਯੂਪੀ ਦੇ ਵਿੱਚ ਫੁੱਟ ਹੋਲਡ ਨੂੰ ਥੋੜ੍ਹਾ ਜਿਹਾ ਸਟਰੋਂਗ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਜਿੰਨੇ ਵੀ ਸਰਵੇ ਆਏ ਨੇ ਅਜੇ ਵੀ ਉਹ ਕਾਂਗਰਸ ਨੂੰ ਕੋਈ ਬਹੁਤ ਹੀ ਚੰਗੀ ਸਥਿਤੀ 'ਚ ਨਹੀਂ ਪੇਸ਼ ਕਰਦੇ ਪਏ। ਪਰ ਅੱਗੇ ਨਾ ਦੋਨਾਂ ਦੀ ਸਿਚੁਏਸ਼ਨ ਬੈਟਰ ਹੋਊਗੀ ਨਾ, ਪਿਛਲੀ ਵਾਰੀ 2002 'ਚ 25, 2007 'ਚ ਸ਼ਾਇਦ 22 ਦੀਆਂ ਗੱਲਾਂ ਸਾਰੇ ਕਰ ਰਹੇ ਆ। ਤੁਸੀਂ ਇਹ ਗੱਲ ਮੈਨੂੰ ਜ਼ਰੂਰ ਕਹੋ ਕਿ ਠੀਕ ਹੈ ਜੀ ਲੋਕ ਸਭਾ ਦੀ ਪੋਲ ਤੇ ਪ੍ਰੋਵਿੰਸ਼ੀਅਲ ਪੋਲ 'ਚ ਬੜਾ ਫਰਕ ਹੁੰਦਾ ਜੀ, ਪਰ ਇਹ ਵੀ ਖਿਆਲ ਰੱਖੀਏ ਕਿ 22 ਸੀਟਾਂ ਨੇ ਉਹਨਾਂ ਦੀਆਂ ਯੂਪੀ ਦੇ ਵਿੱਚ ਲੋਕ ਸਭਾ ਦੀਆਂ, ਜਿਸ ਹਿਸਾਬ ਨਾਲ ਉਹਨਾਂ ਦੀਆਂ 94 ਸੀਟਾਂ ਬਣਦੀਆਂ ਉਸ ਹਿਸਾਬ ਨਾਲ 100 ਦੇ ਕਰੀਬ। ਪਰ ਜੇ ਅੱਜ 50 ਜਾਂ 60 ਅਜੀਤ ਸਿੰਘ ਨੂੰ ਛੱਡ ਕੇ ਉਹਨਾਂ ਦੀਆਂ ਆਉਂਦੀਆਂ ਨੇ ਤਾਂ ਉਹਨਾਂ ਦਾ ਇੱਕ ਬੜਾ ਵੱਡਾ ਫਾਲ ਹੈ।